अगर आपने हमारे चैनल को सब्सक्राइब नहीं किया है तो इसे सब्सक्राइब कर लें। तलवांडी साधु की रहने वाली 9 साल की लड़की के साथ बलात्कार करने वाले आरोपी गुरसेवक सिंह वासी तलवांडी साधु को पुलिस ने आज गिरफ्तार किया। बलात्कारी आरोपी के खिलाफ पहले भी धारा 377 के तहत तलवांडी साधु के थाना में मामला दर्ज था, जिसमें वह रिहा हो गया था, जिसकी जानकारी बठिंडा SSP डॉक्टर नानक सिंह ने प्रेस वार्ता के दौरान दी। 9 साल दी बेटी सी ओदा रेप कीता गया सी अनआइडेंटिफाइड बंदे वल्लों। ਇਹਦੇ ਵਿੱਚ ਸਾਡੇ ਕੋਲ ਕੋਈ ਜ਼ਿਆਦਾ ਕਲੂ ਨਹੀਂ ਸੀ ਐਕਸੈਪਟ ਫੋਰ ਵਨ ਫੋਟੋਗ੍ਰਾਫ। ਅਸੀਂ ਟੈਕਨੀਕਲ ਇੰਟੈਲੀਜੈਂਸ ਅਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ 'ਤੇ ਜਿਹੜੀਆਂ ਟੀਮਸ ਬਣਾਈਆਂ ਸੀ, SHO ਤਲਵੰਡੀ ਐਂਡ ਇੰਚਾਰਜ ਸੀ AA2, ਇਹਨਾਂ ਨੂੰ ਲੀਡ ਕਰ ਰਹੇ ਸੀ DSP ਇਨਵੈਸਟੀਗੇਸ਼ਨ ਐਂਡ DSP ਤਲਵੰਡੀ ਅੰਡਰ ਦਾ ਓਵਰਆਲ ਸੁਪਰਵਿਜ਼ਨ ਆਫ SP ਬਿਊਰੋ ਆਫ ਇਨਵੈਸਟੀਗੇਸ਼ਨ। ਇਸ ਕੇਸ ਨੂੰ ਕ੍ਰੈਕ ਕਰ ਲਿਆ ਗਿਆ, ਗੁਰਸੇਵਕ ਨਾਮ ਦਾ ਬੰਦਾ ਇਹਦੇ 'ਚ ਅਰੈਸਟ ਕੀਤਾ ਗਿਆ। ਅਸੀਂ ਕਾਫੀ ਡਿਸਟ੍ਰਿਕਟਸ ਵਿੱਚ ਜਾ ਕੇ ਕੋਸ਼ਿਸ਼ ਕੀਤੀ ਇਸ ਬੰਦੇ ਨੂੰ ਆਈਡੈਂਟੀਫਾਈ ਕਰਨ ਦੀ, ਬਾਕੀ ਜ਼ਿਲ੍ਹਿਆਂ ਦੀ ਵੀ ਸਪੋਰਟ ਲਈ, ਬਟ ਇਨ ਦੀ ਐਂਡ ਇਹ ਬੰਦਾ ਤਲਵੰਡੀ ਦਾ ਹੀ ਰਹਿਣ ਵਾਲਾ ਨਿਕਲਿਆ, ਨੱਥ ਰੋਡ ਦਾ। ਇਸ 28 ਈਅਰਸ ਓਲਡ ਜਿਹਦੀ ਇਹਦੀ ਪ੍ਰੀਵੀਅਸ ਹਿਸਟਰੀ ਹੈ, ਇਹਦੇ 1 FIR ਪਹਿਲਾਂ ਵੀ 377 ਦੀ ਦਰਜ ਹੈ, ਜਿਹਦੇ ਵਿੱਚ ਬਰੀ ਹੋ ਗਿਆ ਸੀ ਅਤੇ ਦਸੰਬਰ 2018  'ਚ ਇਹਨੂੰ ਬਰੀ ਕੀਤਾ ਗਿਆ ਕੋਰਟ ਵੱਲੋਂ। ਮੈਰਿਡ ਹੈ, ਇਹ ਕੰਮ ਕਰਦਾ ਇੱਕ ਡੇਅਰੀ ਦੀ ਦੁਕਾਨ 'ਤੇ, ਪਰ ਉੱਥੋਂ ਹੁਣ ਮਹੀਨਾ ਖੋਇਆ ਇਹਨੇ, ਛੱਡਤਾ ਸੀ। ਅਕਿਊਜ਼ਡ ਤਲਵੰਡੀ ਦਾ ਰਹਿਣ ਵਾਲਾ, ਇਸ 28 ਈਅਰਸ ਓਲਡ, ਡੇਲੀ ਵੇਜਸ 'ਤੇ ਕਹਿ ਸਕਦੇ ਹੋ ਕੰਮ ਕਰਦਾ ਸੀ, ਬਟ ਹੁਣ ਵਿਹਲਾ ਹੈ। ਸੋ ਨਹੀਂ, ਇਕੱਲਾ ਹੀ ਸੀ ਹਜੇ ਤੱਕ ਜੋ ਇਨਵੈਸਟੀਗੇਸ਼ਨ 'ਚ ਆਇਆ, ਤਾਂ ਇਕੱਲੇ ਦਾ ਰੋਲ ਆਇਆ, ਬਟ ਵੀ ਆਰ ਡੀਪਲੀ ਇਨਵੈਸਟੀਗੇਟਿੰਗ, ਜੋ ਹੋਰ ਕਿਸੇ ਦਾ ਰੋਲ ਆਏਗਾ ਤਾਂ ਦੱਸਾਂਗੇ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।